sir. My name is Hameenka. I study in Government Senior Secondary School, Rampur Chuki. I am student of 8th class. Aaj main tuhade samne jo kriya leke pesh hoyi haan, uska naam hai drav bartna diyan diwaran te asman dungai te asman daba paunde han. Hun main tuhade samne kriya pesh karan ja rahi haan, jis vich mainu ludinda asman ik plastic di botal killan te sui da upyog kita gaya hai. ਇੱਕ ਪਲਾਸਟਿਕ ਦੀ ਬੋਤਲ ਲਈ ਗਈ ਹੈ ਜਿਸ ਦੇ ਚਾਰੇ ਪਾਸੇ ਸਮਾਨ ਉਚਾਈ ਤੇ ਚਾਰ ਛੇਕ ਕੀਤੇ ਗਏ ਹਨ ਜਦੋਂ ਮੈਂ ਇਸ ਬੋਤਲ ਦਾ ਢੱਕਣ ਖੋਲਦੀ ਹਾਂ ਤਾਂ ਇਸ ਦੇ ਚਾਰੇ ਛੇਕਾਂ ਵਿੱਚੋਂ ਪਾਣੀ ਨਿਕਲ ਲੱਗ ਜਾਂਦਾ ਹੈ ਤੇ ਜਦੋਂ ਮੈਂ ਇਸ ਦਾ ਥੋੜਾ ਜਿਹਾ ਢੱਕਣ ਬੰਦ ਕਰਦੀ ਹਾਂ ਤਾਂ ਇਸ ਦਾ ਪਾਣੀ ਨਿਕਲਣਾ ਥੋੜਾ ਜਿਹਾ ਬੰਦ ਹੋ ਜਾਂਦਾ ਹੈ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਵਾਯੂਮੰਡਲ ਵਿੱਚ ਜੋ ਹਵਾ ਹੈ ਉਹ ਇਸ 'ਤੇ ਦਬਾਅ ਪਾਉਂਦੀ ਹੈ ਜਿਵੇਂ ਜਿਵੇਂ ਇਹ ਪਾਣੀ ਦਾ ਢੱਕਣ ਮੈਂ ਖੋਲਦੀ ਹਾਂ ਤਾਂ ਉਵੇਂ ਉਵੇਂ ਪਾਣੀ ਠਾਂ ਜਾਂਦਾ ਹੈ ਪਹਿਲਾਂ ਇਸ ਦਾ ਪਾਣੀ ਬਹੁਤ ਦੂਰ ਦੂਰ ਤੱਕ ਸੀਗਾ ਤੇ ਹੁਣ ਇਹ ਹੌਲੀ ਹੌਲੀ ਨੇੜੇ ਆਉਂਦਾ ਜਾ ਰਿਹਾ ਹੈ ਹਾਂਜੀ ਬੱਚੇ ਇਹ ਜਿਹੜਾ ਇਹਦਾ ਇਹ ਪਾਣੀ ਦਾ ਆ ਲੈਵਲ ਆ ਇੱਥੋਂ ਦੂਰ ਦੂਰੀ ਤੇ ਗਿਰਦਾ ਗਿਰਿਆ ਵਾ ਪਾਣੀ ਤੇ ਹੁਣ ਪਾਣੀ ਦਾ ਲੈਵਲ ਆ ਘਟ ਗਿਆ ਇਹ ਜਿਹੜਾ ਪਾਣੀ ਆ ਇਹਦੀ ਦੂਰੀ ਆ ਜਿਹੜੀ ਉਹ ਅੱਗੇ ਨਾਲੋਂ ਨੇੜੇ ਹੋਈ ਜਾਂਦਾ ਇਹਦਾ ਕੀ ਕਾਰਨ ਆ ਕਿਉਂਕਿ ਪਾਣੀ ਬੋਤਲ ਵਿੱਚੋਂ ਘਟ ਗਿਆ ਹੈ ਇਸ ਕਰਕੇ ਹੁੰਦਾ ਹੈ ਠੀਕ ਆ ਮਤਲਬ ਕਿ ਕਾਲਮ ਦੇ ਉਚਾਈ ਦੇ ਘਟਣ ਦੇ ਨਾਲ ਕੀ ਹੁੰਦਾ ਵਾ ਪਾਣੀ ਘਟ ਜਾਂਦਾ ਹੈ ਤੇ ਫਿਰ ਇਹਦੇ ਵਿੱਚ ਕੁਛ ਜਿੰਕ ਦੇ ਦਾਣੇ ਪਾਵਾਂਗੇ ਜਦੋਂ ਇਹ ਦੋਨੇ ਕਿਰਿਆ ਕਰਨ ਇਹਦੇ ਵਿੱਚ ਜਿਹੜੇ ਹਾਈਡ੍ਰੋਜਨ ਗੈਸ ਜਿਹੜੀ ਬਾਹਰ ਨਿਕਲੂਗੀ ਇਹਨੂੰ ਸਲਫ ਵਾਲੇ ਪਾਣੀ ਚ ਰੱਖਾਂਗੇ ਤੇ ਇਹਦੇ ਵਿੱਚ ਜਿਹੜੇ ਕੁਝ ਬੁਲਬਲੇ ਉਤਪੰਨ ਹੋਣਗੇ ਦੇ ਲੈਣੇ ਆਪਾਂ ਹਾਂਜੀ ਹਾਂਜੀ ਬੇਟਾ ਇਹ ਕਿਹੜੀ ਜਿਹੜੀ ਗੈਸ ਆ ਪੈਦਾ ਹੋ ਰਹੀ ਹੈ ਹਾਈਡ੍ਰੋਜਨ ਗੈਸ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਆਪਾਂ ਕਿਸੇ ਤੇਜ਼ਾਬ ਦੀ ਕਿਸੇ ਵੀ ਆਪਾਂ ਜਿੰਕ ਦੇ ਨਾਲ ਕਿਰਿਆ ਕਰਾਈ ਆ ਤਾਂ ਇਹਦੇ ਵਿੱਚ ਕਿਹੜੀ ਗੈਸ ਪੈਦਾ ਹੋਈ ਆ ਹਾਈਡ੍ਰੋਜਨ ਆਪਾਂ ਕਿਵੇਂ ਟੈਸਟ ਕਰ ਸਕਦੇ ਹਾਂ ਕਿ ਹਾਈਡ੍ਰੋਜਨ ਗੈਸ ਆ ਇਹਨੂੰ ਇਦਾਂ ਚਮਚੇ ਨਾਲ ਬੁਲਬਲੇ ਚੱਕ ਕੇ ਤਾਂ ਇਦਾਂ ਮਾਚਿਸ ਦੇ ਨਾਲ ਅੱਗ ਨਾਲ ਥੋੜਾ ਕੋਈ ਟੈਸਟ ਕਰਕੇ ਦਿਖਾਉਂਗਾ ਮੈਨੂੰ ਹਾਂਜੀ ਦੁਬਾਰਾ ਕਰੋ ਟੈਸਟ ਸ਼ਾਬਾਸ਼ ਆਰਾਮ ਨਾਲ ਏਡੀ ਕੁਛ ਨਹੀਂ ਹੋਣਾ ਏਡੀ ਜਲਦੀ ਬੇਟਾ ਠੀਕ ਹੈ ਬੇਟਾ ਸ਼ਾਬਾਸ਼ ਓਕੇ ਹਾਈਡ੍ਰੋਜਨ ਦਾ ਕੀ ਫਾਰਮੂਲਾ ਹੁੰਦਾ H2O HCl ਦਾ HCl ਨਾਮ ਕੀ ਆ ਹਾਈਡ੍ਰੋਕਲੋਰਿਕ ਐਸਿਡ ਇਹ ਚ ਪਤਲਾ ਹਾਈਡ੍ਰੋਕਲੋਰਿਕ ਵਰਤਣਾ ਕਿ ਕੰਸਟ੍ਰੇਟ ਵਰਤਣਾ ਪਤਲਾ ਵਰਤਣਾ ਸ਼ਾਬਾਸ਼ ਵੈਰੀ ਗੁੱਡ